ਬੰਦਾ ਕੌਣ ਆ ਜੀ ਪਛਾਣੋ। गुड मॉर्निंग ਸਾਰਿਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਿੱਧੂ ਰੇਂਜ ਵਾਲਾ ਵਲੌਗ 'ਚ। ਉਮੀਦ ਕਰ ਰਹੇ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਹੈਗੀ 9 ਜਨਵਰੀ 2021 ਦੀ, ਅਤੇ ਮਾਸਕ ਪੈ ਗਏ ਨੇ ਕਿਉਂਕਿ ਬੇਸ ਰੇਂਜ ਹੋ ਗਿਆ ਲਾਕਡਾਊਨ। ਫਰਾਈਡੇ ਤੋਂ ਹੈਗਾ ਜੀ, ਫਰਾਈਡੇ ਤੋਂ 6 ਵਜੇ ਸਟਾਰਟ ਹੋਇਆ ਅਤੇ ਮੰਡੇ ਸ਼ਾਮ ਨੂੰ 6 ਵਜੇ ਤੱਕ ਚੱਲਣਾ। ਅਤੇ ਚਲੋ ਫਿਰ ਕਰਦੇ ਹਾਂ ਅੱਜ ਦੀ ਵੀਡੀਓ ਸਟਾਰਟ ਅਤੇ ਮਾਰਦੇ ਹਾਂ ਸੈਲਫ। ਹਾਂ ਦੇਖੋ ਜੀ, ਥਾਂ ਥਾਂ 'ਤੇ ਚੀਜ਼ ਆ ਰਹੀ ਆ ਕਿ ਲਾਕਡਾਊਨ 'ਚ ਮਾਸਕ ਪਾਓ। ਮਾਸਕ ਦਾ ਇੱਕ ਪੰਗਾ ਆ ਰਿਹਾ ਜੀ, ਪੰਗਾ ਆ ਰਿਹਾ ਕਿ ਤੁਸੀਂ ਐਨਕ ਲਾਉਂਦੇ ਹੋ, ਜਿਵੇਂ ਮੈਂ ਕਾਲੀ ਐਨਕ ਲਾ ਕੇ ਚਲਾਉਂਦਾ, ਉਹਦੇ 'ਚ ਭਾਫ ਜੀ ਬਣਦੀ ਹੈ ਜਦੋਂ ਇੱਥੋਂ ਹਵਾ ਜੀ ਨਿਕਲਦੀ ਆ, ਅਤੇ ਹੁਣ ਉਹ ਅੱਜ ਲੱਗਣੀ ਨਹੀਂ। ਪਰ ਕੁਦਰਤੀ ਅੱਜ ਮੌਸਮ ਜਿਹੜਾ ਹੈਗਾ ਬੱਦਲ ਬਾਈ ਆ, ਤਾਂ ਸਰਜੂਗਾ। ਆਪਣੀ ਛੁੱਟੀ ਆ ਐਤਵਾਰ ਅਤੇ ਸੋਮਵਾਰ, ਸੋਮਵਾਰ ਸ਼ਾਮ ਦੇ 6 ਵਜੇ ਤੱਕ ਆ ਜੀ ਮੈਂ ਤੁਹਾਨੂੰ ਦੱਸਿਆ, ਸ਼ਾਇਦ ਸਰਜੂਗਾ। ਅਤੇ ਐਕਸਟੈਂਡ ਨਾ ਹੋਵੇ ਲਾਕਡਾਊਨ, ਜੇ ਹੋ ਗਿਆ ਤਾਂ ਟਿਊਜ਼ਡੇ ਨੂੰ ਚਲਾਉਣੀ ਪੈਣੀ ਆ, ਪਰ ਉਹ ਐਨਕਾਂ ਨਹੀਂ ਲੱਗਣੀਆਂ, ਧੁੱਪ 'ਚ ਥੋੜ੍ਹਾ ਜਿਹਾ ਪੰਗਾ ਪੈਂਦਾ, ਇਹ ਹੈਗਾ ਰੀਜ਼ਨ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਜਿਨ੍ਹਾਂ ਦੀ ਨਿਗਾਹ ਵਾਲੀ ਐਨਕ ਲੱਗੀ, ਉਹਨਾਂ ਦਾ ਕੀ ਬਣੂਗਾ? ਉਹਨਾਂ ਨੂੰ ਜਾਂ ਤਾਂ ਛੁੱਟੀ ਦੇਣੀ ਪਊਗੀ, ਜਾਂ ਕੋਈ ਹੋਰ ਹੱਲ ਹੋਊਗਾ। ਹੁਣ ਮੈਨੂੰ ਨਹੀਂ ਪਤਾ ਕੀ ਹੱਲ। ਕੋਈ ਕੌਂਸਲ ਨੇ ਵੀ ਮਾਸਕ ਦਿੱਤੇ ਨੇ ਸਾਨੂੰ, ਹੋਰ ਉਹ ਥੋੜ੍ਹੇ ਜਿਹੇ ਹੋਰ ਤਰ੍ਹਾਂ ਦੇ ਨੇ, ਉਹ ਵੀ ਮੈਂ ਤੁਹਾਨੂੰ ਦਿਖਾ ਦੂੰਗਾ ਘਰੇ ਜਾ ਕੇ, ਕਿਉਂਕਿ ਹੁਣ ਮੈਂ ਨਹੀਂ ਚਾਹੁੰਦਾ ਕਿ ਇਹਨੂੰ ਵਾਰ ਵਾਰ ਹੱਥ ਲਾਵਾਂ। ਉਹ ਬਲੈਕ ਕਲਰ ਦੇ ਨੇ, ਉਹ ਸ਼ਾਇਦ ਥੋੜ੍ਹੇ ਡਿਫਰੈਂਟ ਨੇ, ਉਹ ਲਾ ਕੇ ਘਰੇ ਜਾ ਕੇ ਟੈਸਟ ਕਰਕੇ ਦੇਖਾਂਗੇ ਕਿ ਐਨਕਾਂ ਲੱਗ ਜਾਏਗਾ ਕਿ ਨਹੀਂ ਲੱਗਦੀਆਂ। ਇੱਕ ਕਿਹੜਾ ਲਾ ਲਿਆ ਜੀ, ਅਤੇ ਸਵਾਰੀਆਂ ਨੇ 3-4 ਕੀ ਚੜੀਆਂ ਸੀ, ਤਾਂ ਐਨਕਾਂ ਦਾ ਇੱਕ ਹਿਸਾਬ ਲਾ ਕੇ ਦੇਖਿਆ ਕਈ, ਕਿਉਂਕਿ ਸੇਮ ਮਾਸਕ ਲਾਏ ਨੇ ਅਤੇ ਐਨਕਾਂ ਵੀ ਲੱਗੀਆਂ ਨੇ ਕਾਲੀਆਂ ਜਾਂ ਨਿਗਾਹ ਵਾਲੀਆਂ ਵੀ। ਉਹਨਾਂ ਨੇ ਕਿਉਂ ਲਾਈਆਂ ਨੇ ਜਾਂ ਕਿਵੇਂ ਲੱਗ ਗਈਆਂ, ਉਹਦਾ ਰੀਜ਼ਨ ਹੈ ਕਿ ਆਪਣੀਆਂ ਦੇਖੋ ਬਿਲਕੁਲ ਨਾਲ ਲੱਗਦੀਆਂ ਨੇ, ਮਤਲਬ ਇਹ ਬੰਦ ਜੀਆਂ ਨੇ ਥੱਲਿਓ, ਉਹਦੇ ਕਰਕੇ ਹੁਣ ਵੀ ਮੈਨੂੰ ਦਿਖ ਨਹੀਂ ਰਿਹਾ ਕੁਛ ਵੀ ਮੈਂ ਵੀਡੀਓ 'ਚ ਕੀ ਬਣਾ ਰਿਹਾ। ਤਾਂ ਇਹਦੇ ਕਰਕੇ ਆ ਕਿ ਜੇ ਆਪਾਂ ਦੂਜੀਆਂ ਲਾਈ, ਜਿਹੜੀ ਮੈਂ ਘਰੇ ਆਮ ਨੋਰਮਲ ਲਾਉਣਾ ਵਾ, ਜਿਹੜੀ ਥੱਲਿਓ ਖੁੱਲੀਆਂ ਹੋਣ ਥੋੜੀਆਂ, ਉਹ ਸ਼ਾਇਦ ਲੱਗ ਜਾਣ। ਉਹ ਹੁਣ ਗੱਡੀ 'ਚ ਪਈਆਂ ਸੀਗੀਆਂ, ਉਹ ਮੈਂ ਲੈ ਕੇ ਨਹੀਂ ਆਇਆ, ਅਤੇ ਇਹਦਾ ਹੁਣ ਹਰ ਵਾਰ ਜਿਵੇਂ ਮੈਂ ਬੋਲਦਾ ਮੈਂ ਸਾਹ ਵੀ ਲੈਂਦਾ, ਤਾਂ ਧੁੰਦ ਬਣੀ ਪਈ ਹੈ ਪੂਰੀ। ਤਾਂ ਦੇਖੋ ਸ਼ਾਇਦ ਤੁਹਾਨੂੰ ਇਹਦੇ ਵਿੱਚ ਵੀਡੀਓ 'ਚ ਮਾੜਾ ਮੋਟਾ ਪਤਾ ਲੱਗ ਗਿਆ, ਅਤੇ ਇਹ ਤਾਂ ਨਹੀਂ ਆਪਣੇ ਲੱਗਣੀਆਂ। ਪਰਦੇ ਮੇ ਰਹੇ ਨੇ ਤਾਂ ਫਿਰ ਤਾਂ ਪਰਦੇ 'ਚ ਹੀ ਆ ਬੰਦਾ ਜੀ, ਕਿੱਦਾਂ ਫਿਰ ਵਧੀਆ ਹੁਣ ਇਹ ਆ ਜੀ ਸਾਡਾ ਬੰਦਾ, ਨਾਂ ਦੱਸ ਦਈਏ? ਦੱਸ ਦੇ, ਇਹ ਹੈਗਾ ਜੀ ਸਾਡਾ ਗਿੱਲ ਸਾਹਿਬ। ਬੜੇ ਸਾਡੇ ਗਿੱਲ ਨੇ, ਇਹ ਕਿਹੜਾ ਗਿੱਲ ਹੈ, ਆਪ ਹੀ ਲੱਭ ਲੈਣਗੇ। ਐਮ ਗਿੱਲ ਹੈਗਾ ਇਹ, ਹਾਂ ਇਹ ਐਮ ਗਿੱਲ ਹੈ, ਪਰ ਹੁਣ ਜੀ ਗਿੱਲ ਜ਼ਿਆਦੇ ਆ। ਹੁਣ ਇਹਦੇ ਤੇ ਆ ਕਿਸੇ ਨੂੰ ਪਛਾਣ ਨਹੀਂ ਆਉਣੀ ਕਿ ਬੰਦਾ ਕੌਣ ਹੈ ਕੌਣ ਨਹੀਂ, ਮੈਨੂੰ ਆਪਦੀ ਪਛਾਣ ਨਹੀਂ ਆ ਰਹੀ ਕੀ ਹੈ। ਐਨਕਾਂ ਦਾ ਬੜਾ ਪੰਗਾ, ਸਹੀ ਗੱਲ ਆ, ਸ਼ੁਕਰ ਆ ਜੀ ਤਾਂ ਬੱਦਲ ਵਾਈ ਆ। ਹਲੋ ਜੀ, ਅਸੀਂ ਬੱਸਾਂ ਵਾਲੇ ਮਾਸਕਾਂ ਵਾਲੇ ਹੋ ਗਏ, ਅਤੇ ਆਪਣਾ ਫਸਟ ਐਕਸਪੀਰੀਅੰਸ ਆ ਨਾ ਬ੍ਰਿਸਬੇਨ ਦਾ, ਤੁਹਾਨੂੰ ਇਹ ਵੀ ਦੱਸ ਦੇਣੇ ਇੱਥੇ ਵਾਇਰਸ ਆਇਆ ਨਾ ਖਤਰਨਾਕ, ਯੂਕੇ ਵਾਲਾ ਆਇਆ ਕਹਿੰਦੇ, ਉਹਦੇ ਕਰਕੇ ਨਹੀਂ ਤਾਂ ਫਿਰ ਅਸੀਂ ਬਾਕੀ ਆਪਾਂ ਤਾਂ ਉਦੋਂ ਹਟਣਾ ਬੱਸ ਚਲਾਉਣ ਜਦੋਂ ਸਾਰੀ ਦੁਨੀਆ ਮਰ ਗਈ, ਜੇ ਇੱਕ ਬੰਦਾ ਵੀ ਜਿਉਂਦਾ ਰਹਿ ਗਿਆ ਬੱਸਾਂ ਚੱਲੀ ਜਾਣੀਆਂ, ਇਸ ਕਰਕੇ ਅਸੀਂ ਤਾਂ ਜੌਬ ਤੇ ਰਹਿਣਾ ਹਮੇਸ਼ਾ। ਬੰਦਾ ਕੌਣ ਆ ਜੀ ਪਛਾਣੋ? ਜਿਸ ਨੇ ਪੁਰਾਣੀ ਵੀਡੀਓ ਦੇਖੀ ਹੋਵੇ ਤਾਂ ਜਿਹਦੇ 'ਚ ਮਗਰਮੱਛ ਦੀ ਟੀ-ਸ਼ਰਟ ਪਾਉਂਦਾ ਸੀ, ਇਹ ਉਹੀ ਬੰਦਾ। ਹੁਣ ਕਹਿੰਦਾ ਮੈਂ ਬੈਂਕ ਲੁੱਟਣ ਚੱਲਿਆ। ਹੁਣ ਕੈਮਰੇ ਮੂਰੇ ਕਹੋ ਕੀ ਲੁੱਟਣ ਚੱਲੇ ਹੋ ਭਾਜੀ? ਬਸ ਜਿਹੜਾ ਕੁਝ ਮਿਲ ਜਾਏ, ਠੀਕ ਆ ਜੀ, ਮਿਲ ਗਿਆ ਜੀ ਲੈ ਆਵਾਂਗੇ। ਆਹੋ ਫਿਰ ਟੀ-ਸ਼ਰਟਾਂ ਵੀ ਮਹਿੰਗੀਆਂ ਮਹਿੰਗੀਆਂ ਪਾਉਣੀਆਂ ਨੇ, ਸ਼ੌਂਕ ਤਾਂ ਪੂਰੇ ਕਰਨੇ ਨੇ, ਬੱਸ ਚਲਾ ਕੇ ਥੋੜਾ ਹੁੰਦੇ ਨੇ। ਹੋਰ ਜੀ ਠੀਕ ਆ ਜੀ, ਇਹ ਬੰਦੇ ਨੂੰ ਜਾਣ ਦੀ ਹੁਣ ਆਪਾਂ ਲੋਕ ਸਮਝਦਾਰ ਨੇ ਜਿਨ੍ਹਾਂ ਨੇ ਮਤਲਬ ਬਾਹਰ ਨੀ ਨਿਕਲੇ, ਤੇ 99.9% ਲੋਕਾਂ ਦੇ ਮਾਸਕ ਪਾਏ ਸੀ। ਮੈਂ ਤਾਂ ਮਤਲਬ ਇੱਕ ਦੋ ਕੇ ਦੇਖੇ ਨੇ, ਜਿਹੜੇ ਟੀਨੇਜਰ ਜੇ ਹੁੰਦੇ ਨੇ ਕਿਸੇ ਨੇ ਨਾ ਪਾਇਆ ਹੋਵੇ, ਤਾਂ ਸਾਰਿਆਂ ਨੇ ਮਾਸਕ ਪਾਇਆ ਸੀਗਾ। ਹੁਣ ਮੈਨੂੰ ਗੱਡੀ 'ਚ ਨੀ ਪਤਾ ਕਿ ਤੁਸੀਂ ਇਕੱਲੇ ਜਾਂ ਫੈਮਿਲੀ ਦੇ ਨਾਲ ਮਾਸਕ ਪਾ ਕੇ ਰੱਖਣਾ ਕਿ ਨਹੀਂ, ਪਰ ਇੰਨਾ ਹੈਗਾ ਕਿ ਜੇ ਤੁਸੀਂ ਮਾਸਕ ਨਹੀਂ ਪਾਇਆ ਤਾਂ ਤੁਹਾਨੂੰ $200 ਦਾ ਫਾਈਨ ਆ। ਇਸ ਕਰਕੇ ਹੁਣ ਆਪਣਾ 5 ਮਿੰਟ ਦੀ ਡਰਾਈਵ ਆ, ਮਾਸਕ ਆਪਾਂ ਪਾ ਕੇ ਰੱਖਾਂਗੇ ਕਿ ਬਾਈ ਚਾਂਸ ਰੂਲ ਹੋਇਆ ਕਿ ਤੁਸੀਂ ਕਾਰ 'ਚ ਵੀ ਪਾ ਕੇ ਰੱਖਣਾ, ਤੇ ਕਿਸੇ ਨੇ ਰੋਕ ਲਿਆ ਤਾਂ ਪੰਗਾ ਪੈ ਜੂਗਾ, ਉਹਦੇ ਨਾਲ ਚੰਗਾ ਦਮੇ ਡੋਰ ਪਾਈ ਰੱਖੋ। ਟਾਈਮ ਹੋ ਰਿਹਾ ਜੀ 3:30 ਦਾ, ਪਰ ਇਹ ਨੈਕਸਟ ਡੇ ਆ, ਕਿਉਂਕਿ ਕੱਲ੍ਹ ਮੈਂ ਕੰਮ ਤੋਂ ਆਇਆ ਤਾਂ ਪਰੌਂਠੇ ਬਣਦੇ ਸੀ ਆਲੂ ਵਾਲੇ, ਉਹ ਖਾ ਕੇ ਬਹਿ ਗਿਆ ਕਿ ਰੈਸਟੋਰੈਂਟ ਵੀ ਆਪਣਾ ਬੰਦ ਸੀਗਾ, ਛੋਟਾ ਬ੍ਰਦਰ ਵੀ ਘਰੇ ਸੀਗਾ, ਗੱਲਾਂ ਗੱਲਾਂ ਮਾਰੀ ਗਏ, ਫਿਰ ਟੀਵੀ ਦੇਖੀ ਗਏ, ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ, ਅਤੇ ਮੈਂ ਸੋਚਿਆ ਕਿ ਇਹਨੂੰ ਆਪਾਂ ਕੰਟੀਨਿਊ ਕਰ ਲੈਂਦੇ ਅਗਲੇ ਦਿਨ 'ਚ, ਕਿਉਂਕਿ ਉਹ ਛੋਟੀ ਬਣੀ ਸੀ ਥੋੜ੍ਹੀ। ਚਲੋ ਫਿਰ ਕਰਦੇ ਹਾਂ ਅੱਜ ਦੀ ਵੀਡੀਓ ਸਟਾਰਟ, ਇਹਦਾ ਸੈਕੰਡ ਪਾਰਟ, ਅਤੇ ਮਾਰਦੇ ਹਾਂ ਸੈਲਫ ਨਹੀਂ, ਸੈਲਫ ਨਹੀਂ ਮਾਰਨੀ ਆਪਾਂ, ਸਿੱਧੀ ਸਟਾਰਟ ਕਰਦੇ ਹਾਂ। ਉਹ ਦੇਖੋ ਜੀ ਸਾਡੀਆਂ ਚਿੜੀਆਂ ਸੁੱਤੀਆਂ ਪਈਆਂ ਨੇ, ਕਿਉਂਕਿ ਏਸੀ ਚੱਲਦਾ ਵਾ, ਅਤੇ ਬੱਸਾਂ ਐਂ ਕਰਕੇ ਸੌਂ ਜਾਂਦੇ ਨੇ, ਮੈਂ ਬੜਾ ਕੋਲੇ ਨਹੀਂ ਜਾ ਸਕਦਾ, ਉਹਨੇ ਉੱਠ ਕਹਿਣਾ ਨਹੀਂ ਤਾਂ। ਹਾਂ ਦੇਖੋ ਆਰਾਮ ਰੈਸਟ ਫਰਮਾ ਰਹੀਆਂ ਨੇ,
ਨਕਲ ਕੋਇਆ ਕੋਈ ਠੰਡ ਹੋ ਗਈ ਸੀ ਚੱਲਦੇ ਦੀ ਆ ਜੀ ਆਪਣਾ ਲੈਟਰ ਬਾਕਸ ਤੇ ਲੈਟਰ ਬਾਕਸ ਤੁਹਾਨੂੰ ਮੈਂ ਤਾਂ ਦਿਖਾਇਆ ਕਿਉਂਕਿ ਜਿਹੜਾ ਲੈਟਰ ਬਾਕਸ ਹੁੰਦਾ ਇਹ ਥੋੜੀ ਇੱਕ ਹੱਦ ਹੁੰਦੀ ਆ ਪ੍ਰੋਪਰਟੀ ਦੀ ਤਾਂ ਤੁਸੀਂ ਇਦੂ ਗਾਹਾਂ ਕੌਂਸਲ ਦਾ ਏਰੀਆ ਸ਼ੁਰੂ ਹੋ ਜਾਂਦਾ ਤੇ ਜੋ ਲਾਅ ਬਣਾਇਆ ਇਹਨਾਂ ਨੇ ਕਿ ਤੁਸੀਂ ਜੇ ਇਸ ਤੋਂ ਬਾਹਰ ਜਾਣਾ ਵਾ ਤਾਂ ਤੁਸੀਂ ਮਾਸਕ ਪਾ ਕੇ ਜਾਣਾ ਵੈਸੇ ਤਾਂ ਆਪਣਾ ਨੋ ਥਰੂ ਰੋਡ ਆ ਕੋਈ ਪੰਗਾ ਨਹੀਂ ਪਰ ਫਿਰ ਵੀ ਤੁਸੀਂ ਆਪਾਂ ਕਹਿੰਦੇ ਰੂਲ ਫੋਲੋ ਕਰੋ ਤੇ ਇੱਕ ਹੋਰ ਗੱਲ ਸ਼ਾਇਦ ਮੈਂ ਤੁਹਾਨੂੰ ਉਦੋਂ ਕਿਹਾ ਸੀਗਾ ਅਗਰ ਇੱਕ ਦਿਨ ਪਹਿਲਾਂ ਵਾਲੀ ਵੀਡੀਓ 'ਚ ਕਿ ਮੈਨੂੰ ਨਹੀਂ ਪਤਾ ਕਿ ਕਾਰ ਦੇ ਵਿੱਚ ਮਾਸਕ ਪਾਉਣਾ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ ਪਰ ਜ਼ਰੂਰੀ ਆ ਜੀ ਤੁਸੀਂ ਜੇ ਇਕੱਲੇ ਵੀ ਆ ਤੁਹਾਨੂੰ ਦੱਸਿਆ ਲੈਟਰ ਬਾਕਸ ਤੋਂ ਗਾਂਹ ਗਏ ਤਾਂ ਜੇ ਤੁਹਾਨੂੰ ਪੁਲਿਸ ਵਾਲੇ ਨੇ ਫੜ ਲਿਆ ਤਾਂ ਤੁਹਾਡੇ ਉਹ ਤੁਹਾਡਾ ਤਾਂ ਫਾਈਨ ਦਾ ਮਾਸਕ ਪਾਇਆ ਹੋਣਾ ਚਾਹੀਦਾ ਜੇ ਤੁਸੀਂ ਕਾਰ 'ਚ ਵੀ ਜਾ ਰਹੇ ਹੋ ਇਕੱਲੇ ਵੀ ਜਾ ਰਹੇ ਹੋ ਚਾਹੇ ਫੈਮਿਲੀ ਨਾਲ ਜਾ ਰਹੇ ਹੋ ਕੋਈ ਜ਼ਰੂਰੀ ਚੀਜ਼ ਲੈਣ ਵੀ ਜਾ ਰਹੇ ਹੋ ਤਾਂ ਵੀ ਤੁਹਾਡਾ ਮਾਸਕ ਪਾਇਆ ਹੋਣਾ ਜ਼ਰੂਰੀ ਆ ਇੱਕ ਸਿਰਫ ਇੱਕ ਕੰਡੀਸ਼ਨ ਹੈਗੀ ਕਿ ਹਾਂ ਜੇ ਤੁਸੀਂ ਕੋਈ ਮੈਡੀਕਲ ਇਸ਼ੂ ਆ ਪਰ ਉਹ ਤੁਹਾਨੂੰ ਦੱਸਣਾ ਪੈਣਾ ਪਹਿਲਾਂ ਕਿ ਜਿਵੇਂ ਤੁਹਾਨੂੰ ਸਾਹ ਦੀ ਕੋਈ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਇਹਦੇ ਤੋਂ ਬਚ ਸਕਦੇ ਹੋ ਪਰ ਉਹ ਵੀ ਤੁਹਾਨੂੰ ਇੱਕ ਮੈਡੀਕਲ ਰਿਪੋਰਟ ਦੇਣੀ ਪੈਣੀ ਆ ਤਾਂ ਜਾ ਕੇ ਇਹ ਨਹੀਂ ਕਿ ਆਪਾਂ ਉਹੀ ਕਹਿ ਦਈਏ ਮੈਨੂੰ ਸਾਹ ਦੀ ਬਿਮਾਰੀ ਹੈ ਜੀ ਤਾਂ ਤੁਹਾਨੂੰ ਉੱਥੋਂ ਚੀਜ਼ ਦਾ ਧਿਆਨ ਰੱਖਣਾ ਪੈਂਦਾ ਸਮਾਨ ਆਈ ਪਈ ਬੈਕ ਸਾਈਡ 'ਤੇ ਸਾਰਾ ਆਪਣਾ ਜਿਹੜਾ ਚੱਲਦਾ ਸੀਗਾ ਬੈਕ ਯਾਰਡ ਦਾ ਉਹਦੇ 'ਚ ਹਜੇ ਕੋਈ ਪ੍ਰੋਗਰੈਸ ਨਹੀਂ ਹੋਈ ਕੋਈ ਕੰਮ ਨਹੀਂ ਹੋਇਆ ਜਦੋਂ ਦਾ ਮੈਂ ਤੁਹਾਨੂੰ ਦਿਖਾਇਆ ਵੀਡੀਓ 'ਚ ਕਿਉਂਕਿ ਉਹਨੇ ਬੌਬੀ ਬਾਈ ਨੇ ਸ਼ਨੀਵਾਰ ਨੂੰ ਪਾਉਣਾ ਸੀਗਾ ਕੰਕਰੀਟ ਅਤੇ ਇਦੋਂ ਪਹਿਲਾਂ ਫਰਾਈਡੇ 6 ਵਜੇ ਤਾਂ ਲੋਕਡਾਊਨ ਹੋ ਗਿਆ ਅਤੇ ਉਹ ਆ ਨਹੀਂ ਸਕਦਾ ਹੁਣ ਸੋਮਵਾਰ ਤੱਕ ਲੋਕਡਾਊਨ ਆ ਫਿਰ ਦੋ ਅੱਜ ਦੇਖੋ ਉਹਨੂੰ ਕਦੋਂ ਟਾਈਮ ਮਿਲਦਾ ਅਤੇ ਪਤਾ ਨਹੀਂ ਹੁਣ ਕਹਾਣੀ ਜੀ ਵਿੱਚ ਵਿਚਾਲੀ ਵੱਜ ਗਈ ਸਾਰੀ ਕੰਮ ਦੀ ਆਹ ਮਾਸਕ ਆ ਜੀ ਜਿਹੜਾ ਸਾਨੂੰ ਕੌਂਸਲ ਵੱਲੋਂ ਮਿਲਿਆ ਆਹ ਮਾਸਕ ਲਾ ਲਿਆ ਜੀ ਅਤੇ ਐਨਕ ਜਿਹੜੀ ਮੈਂ ਤੁਹਾਨੂੰ ਕਿਹਾ ਸੀਗਾ ਵੀਡੀਓ 'ਚ ਕਿ ਦੂਜੀ ਲਾ ਕੇ ਦੇਖਾਂਗੇ ਇਹਦੇ ਨਾਲ ਵੀ ਜਦੋਂ ਸਾਹ ਮੂੰਹ ਨਾਲ ਹੀ ਲੈਂਦੇ ਜਿਵੇਂ ਹੁਣ ਮੈਂ ਬੋਲ ਰਿਹਾ ਤਾਂ ਕਾਫੀ ਧੁੰਦ ਬਣਦੀ ਆ ਪਰ ਇਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਕਿ ਜਿਵੇਂ ਏਸੀ ਉਸੀ ਚਲਾ ਲਾਂ ਬੱਸ 'ਚ ਤਾਂ ਮੇ ਵੀ ਨਾ ਬਣੇ ਪਰ ਪੰਗਾ ਹੈਗਾ ਇਹਦੇ ਨਾਲ ਵੀ ਹਾਂ ਦੇਖੋ ਜੀ ਜੇ ਤੁਹਾਨੂੰ ਇਹ 'ਚ ਕੈਮਰੇ 'ਚ ਦਿਖਦੀ ਹੈ ਤਾਂ ਕਾਫੀ ਧੁੰਦ ਬਣਦੀ ਹੈ ਪਲੱਸ ਸਾਹ ਜਿਹਾ ਔਖਾ ਔਖਾ ਆਉਂਦਾ ਇਹਦੇ ਨਾਲ ਮੂੰਹ 'ਚ ਲਾ ਕੇ ਕਿਉਂਕਿ ਕਾਫੀ ਬੰਦ ਆ ਇਹਦੇ ਬਾਰੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਇਹ ਤੁਸੀਂ ਇਹ ਮਤਲਬ ਕੱਪੜੇ ਦਾ ਬਣਾਇਆ ਕੋਟਨ ਜੀ ਅੰਦਰ ਇਹ ਤੁਸੀਂ 30 ਵਾਰੀ ਵਾਸ਼ ਕਰ ਸਕਦੇ ਹੋ ਕਿਉਂਕਿ ਸਾਨੂੰ ਨਾਲ ਇੱਕ ਪੇਪਰ ਮਿਲਿਆ ਸੀਗਾ 30 ਵਾਰੀ ਮੀਨਸ ਕਿ ਤੁਸੀਂ ਵਾਸ਼ ਗਰਮ ਪਾਣੀ ਨਾਲ ਕਰਨਾ ਅਤੇ ਇਹਨੂੰ ਯੂਜ਼ ਕਰ ਸਕਦੇ ਹੋ 30 ਡੇਜ਼ ਪਲੱਸ ਜੋ ਤੁਸੀਂ ਯੂਜ਼ ਕਰ ਲਿਆ ਹੁਣ ਜਿਵੇਂ ਕਿ ਇਹ ਕਰ ਲਿਆ ਤਾਂ ਆਪਾਂ ਇੱਕ ਪਲਾਸਟਿਕ ਬੈਗ ਲੈਣਾ ਵਾ ਜਿਹੜਾ ਸੀਲ ਬੰਦ ਹੁੰਦਾ ਉਹਦੇ 'ਚ ਪਾ ਦਿਓ ਇਹਨੂੰ ਤਾਂ ਤੁਸੀਂ ਉਹਦੇ 'ਚ ਹੀ ਰੱਖਣਾ ਵਾ ਜੇ ਕਿਤੇ ਲਾ ਕਿਤੇ ਜਿਵੇਂ ਘਰ ਆ ਗਏ ਜਿਵੇਂ ਮੈਂ ਦੁਬਾਰਾ ਫਿਰ ਜਾਣਾ ਵਾ ਤਾਂ ਹੁਣ ਇਹ ਤਾਂ ਹੈ ਨਹੀਂ ਹੁਣ ਹੀ ਲਾਇਆ ਤਾਂ ਹੁਣ ਹੀ ਧੋ ਦੂੰਗਾ ਤਾਂ ਇਹਨੂੰ ਉਹਦੇ ਵਿੱਚ ਰੱਖ ਸਕਦੇ ਹੋ ਤਾਂ ਇਹ ਸੇਫ ਆ ਅਮਰੂਦ ਲੱਗ ਗਏ ਛੋਟੇ ਛੋਟੇ ਜਿਹੇ ਦੇ ਦੋ ਆਹ ਲੱਗੇ ਨੇ ਆਵਾਜ਼ ਨਾਲ ਮੂੰਹ ਪਾ ਗਏ ਆ ਵੀ ਅਤੇ ਆਹ ਦੇਖੋ ਯਾਰ ਕਾਫੀ ਫਰੂਟ ਲੱਗਾ ਹੋਇਆ ਨਾ ਆਪਣੇ ਨਿੰਬੂ ਦਾ ਦਰਖਤ ਆ ਪਰ ਇਹਨੂੰ ਪਤਾ ਨਹੀਂ ਆ ਕੀ ਆ ਜਿਵੇਂ ਬਿਮਾਰੀ ਜਿਹੀ ਲੱਗੀ ਹੋਈ ਹੈ ਇਹਦਾ ਕੁਛ ਇਲਾਜ ਕਰਨਾ ਇਹਨੂੰ ਖੱਟੀ ਲੱਸੀ ਗਿਆ ਸੀ ਪਾਉਣ ਉਹ ਵੀ ਪਾਈ ਆ ਪਰ ਗੱਲ ਨਹੀਂ ਬਣੀ ਕੱਲ੍ਹ ਨੂੰ ਹੈਗਾ ਜੀ ਸੋਮਵਾਰ ਵੈਸੇ ਤਾਂ ਮੈਂ ਸਾਰ ਸੋਮਵਾਰ ਜਾਣਾ ਹੁੰਦਾ ਆਪਣੇ ਗਿੱਲੀ ਬਾਈ ਕੋਲ ਵਾਲ ਬੁਲ ਕਟਾਉਣ ਪਰ ਕਰੋਨਾ ਕਰਕੇ ਜਿਹੜਾ ਵਾਇਰਸ ਫੈਲਿਆ ਉਹਦੇ ਕਰਕੇ ਸਾਰੇ ਹੇਅਰ ਡਰੈਸਰ ਵੀ ਬੰਦ ਨੇ ਹੁਣ ਦਾੜੀ ਜਿਹੜੀ ਦੇਖੋ ਤੁਸੀਂ ਅਤੇ ਇੱਕ ਹਫ਼ਤਾ ਹੀ ਰੱਖਣੀ ਪੈਣੀ ਆ ਆਹ ਮੰਡੇ ਨਹੀਂ ਫਿਰ ਦੂ ਅਗਲੇ ਮੰਡੇ ਜਾ ਹੋਊਗਾ ਉਹਨਾਂ ਚਿਰ ਦੇਖੋ ਕਿਵੇਂ ਹੈਂਡਲ ਕਰਦੇ ਆ ਉਹਨਾਂ ਨੂੰ ਕੋਈ ਮੈਨੂੰ ਮੇਰੀ ਗਰੋਥ ਜਿਹੜੀ ਵਾਲਾਂ ਦੀ ਥੋੜ੍ਹੀ ਜ਼ਿਆਦਾ ਉਹਦੇ ਕਰਕੇ ਥੋੜ੍ਹਾ ਜਿਹਾ ਮੈਨੂੰ ਪੰਗਾ ਹੁੰਦਾ ਬਾਕੀ ਗਿੱਲੀ ਬਾਈ ਨੂੰ ਨਹੀਂ ਤਾਂ ਫਿਰ ਘਰੇ ਲਿਆਉਣਾ ਪੈਣਾ ਕਿ ਬਾਈ ਘਰੇ ਕੱਟਦੇ ਸਾਡੇ ਬਾਕੀ ਦੇਖਦੇ ਹਾਂ ਕੱਲ੍ਹ ਨੂੰ ਪਤਾ ਲੱਗੂਗਾ ਕੱਲ੍ਹ ਨੂੰ ਸਵੇਰੇ ਤੱਕ ਐਕਸਟੈਂਡ ਹੋਣਾ ਲੋਕਡਾਊਨ 6 ਵਜੇ ਤੋਂ ਬਾਅਦ ਕੱਲ੍ਹ ਨੂੰ ਖੁੱਲ੍ਹ ਜੂਗਾ ਇਹ ਹੁਣ ਟਾਈਮ ਦੱਸੂਗਾ ਆ ਬੈਠਾ ਜੀ ਮੈਕਸ ਇੱਦਾਂ ਮੈਕਸ ਡਰ ਗਿਆ ਉਹ ਬੈਠਾ ਸਕਾਈ ਆ ਜੀ ਕੈਮਰੇ ਤੋਂ ਡਰਦੇ ਨੇ ਥੋੜ੍ਹਾ ਜਿਹਾ ਅੱਜ ਦੀ ਵੀਡੀਓ ਕੋਈ ਵੀਡੀਓ ਨਹੀਂ ਸੀਗੀ ਬਸ ਇੱਕ ਯੂਟਿਊਬ ਦੀ ਆਪਾਂ ਜਗ੍ਹਾ ਘੇਰਨੀ ਆ 2-3 GB 4K ਬਣਾ ਕੇ ਵਿੱਚ ਕੁਛ ਵੀ ਨਹੀਂ ਹੈਗਾ ਵੈਸੇ ਸਿਰਫ ਗੱਲਾਂ ਨੇ ਮੈਂ ਵੈਸੇ ਟਰਾਈ ਕਰ ਦਿੰਦਾ ਕਿ ਹਰ ਵੀਡੀਓ 'ਚ ਕੁਛ ਨਾ ਕੁਛ ਕੰਮ ਦੀ ਗੱਲ ਹੋਵੇ ਪਰ ਇਹਦੇ 'ਚ ਤਾਂ ਮੈਨੂੰ ਲੱਗਦਾ ਨਹੀਂ ਕੋਈ ਕੰਮ ਦੀ ਗੱਲ ਕੀਤੀ ਆਪਾਂ ਵੈਸੇ ਮੰਗਵਾਈ ਅਤੇ ਆਹ ਕੱਪੜੇ ਮੈਨੂੰ ਹਮੇਸ਼ਾ ਘਰ ਦੇ ਗਾਲਾਂ ਦਿੰਦੇ ਨੇ ਪਹਿਲਾਂ ਤਾਂ ਘਰੇ ਕੱਪੜੇ ਪਾਉਂਦੇ ਸੀਗੇ ਇਹ ਜਿਵੇਂ ਘਸੇ ਹੁੰਦੇ ਨੇ ਠੀਕ ਹੈ ਕਿਉਂਕਿ ਇਹ ਜੇ ਟੀ ਸ਼ਰਟ ਵੀ ਲਾਵਾਂ ਮੈਂ ਕਹਿੰਦਾ 3-4 ਸਾਲ ਪੁਰਾਣੀ ਹੋਣੀ ਆ ਅਤੇ ਮੇਰੇ ਵਰਗੀਆਂ ਆਦਤਾਂ ਕਈਆਂ ਨੂੰ ਹੋਣਗੀਆਂ ਜਿਹੜੇ ਘਰੇ ਜਾ ਕੇ 4-4, 5-5, 6-6 ਸਾਲ ਪੁਰਾਣੀ ਟੀ ਸ਼ਰਟ ਖਾਸ ਕਰਕੇ ਗਰਮੀਆਂ 'ਚ ਪਾਉਂਦੇ ਨੇ ਠੀਕ ਹੈ ਜੀ ਮੈਨੂੰ ਆਦਤ ਆ ਮੈਂ ਕੱਪੜਿਆਂ ਦਾ ਸ਼ੌਕੀਨ ਨਹੀਂ ਹੈਗਾ ਗੱਡੀਆਂ ਦਾ ਸ਼ੌਕੀਨ ਆ ਗੱਡੀਆਂ ਦਾ ਤੁਹਾਨੂੰ ਪਤਾ ਹੀ ਆਪਾਂ ਪੈਸੇ ਲਾਉਂਦੇ ਹਾਂ ਪਰ ਕੱਪੜੇ ਕੁੱਪੜੇ ਦਾ ਪੂਰਾ ਸ਼ੌਕੀਨ ਨਹੀਂ ਹੈਗਾ ਮੈਂ ਜੋ ਹੁੰਦੇ ਨੇ ਘਰੇ ਉਹੀ ਪਾ ਕੇ ਤੁਰੇ ਫਿਰਦੇ ਹਾਂ ਅਤੇ ਹੁਣ ਮੈਨੂੰ ਥੋੜ੍ਹਾ ਜਿਹਾ ਕਹਿ ਦਿੰਦੇ ਨੇ ਕਿ ਭਾਈ ਤੂੰ ਵੀਡੀਓ ਬਣਾਉਣਾ ਤਾਂ ਉਹ 'ਚ ਕੱਪੜੇ ਤਾਂ ਚੱਜਦੇ ਪਾ ਲੈਗਾ ਅਤੇ ਪਰ ਆਪਾਂ ਨਹੀਂ ਕੱਪੜਿਆਂ ਵੱਲ ਧਿਆਨ ਦੇਣਾ ਬਾਹਲਾ ਕੋਈ ਸ਼ੌਕ ਨਹੀਂ ਹੈਗਾ ਅਤੇ ਕਈ ਵਾਰ ਵੀ ਕਹਿੰਦੇ ਨੇ ਕਿ ਆਲੇ ਦੁਆਲੇ ਦੇਖ ਲਾ ਵਿੱਚ ਕੀ ਗੰਦ ਪਾਤਾ ਘਰੇ ਜਾਂ ਚਾਦਰ ਇਕੱਠੀ ਆ ਜੋ ਆ ਕੋਈ ਟੈਨਸ਼ਨ ਨਹੀਂ ਕਿਉਂਕਿ ਮੈਂ ਚਾਹੁੰਦਾ ਕਿ ਇੱਕ ਰੀਅਲ ਵੀਡੀਓ ਬਣੇ ਉਹ ਨਹੀਂ ਕਿ ਚਲੋ ਵੀ ਹੁਣ ਮੈਂ ਤਿਆਰ ਹੋ ਗਿਆ ਟੀ ਸ਼ਰਟ ਵਧੀਆ ਪਾ ਕੇ ਵੀਡੀਓ ਬਣਾ ਲਈ ਠੀਕ ਆ ਜਿਵੇਂ ਮੈਂ ਰਹਿੰਦਾ ਘਰੇ ਉਵੇਂ ਦੀ ਆਪਾਂ ਬਣਾ ਦਿੰਦੇ ਜਿਵੇਂ ਦਾ ਘਰ 'ਚ ਹਾਲਾਤ ਹੁੰਦਾ ਕਿ ਲਿਬੜਿਆ ਤਾਂ ਗੰਦ ਪਿਆ ਤਾਂ ਗੰਦ ਪਿਆ ਉਵੇਂ ਦੀਆਂ ਬਣਾ ਦਿੰਦੇ ਨੇ ਅਤੇ ਚਲੋ ਫਿਰ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਕਰ ਲਿਓ ਕਿਉਂਕਿ ਆਪਾਂ ਗੱਡੀ ਦੀਆਂ ਵੀਡੀਓ
ਹੈ।